हेलो फ्रेंड्स, वेलकम टू माय न्यू व्लॉग। आई होप यू आर ऑल फाइन। दोस्तों, आज मैं कि ਤੁਹਾਡੇ ਲਈ ਨਵਾਂ ਵਲੋਗ ਲੈ ਕੇ ਆਇਆ। ਚਲੋ ਆਪਾਂ ਹਾਂਜੀ ਸਾਹਿਬ, ਚਲੋ ਚੱਲਦੇ ਹਾਂ ਆਪਾਂ ਸ਼੍ਰੀ ਰਾਣੀ ਧੀ ਦੇ ਮੇਲੇ। ਸਾਡੇ ਪ੍ਰਸਿੱਧ ਮੇਲਾ ਹੈ ਸਾਡੇ ਏਰੀਆ ਵਿੱਚ, ਤੇ ਕਾਫੀ ਪਿੰਡ ਮਿਲ ਕੇ ਮਨਾਉਂਦੇ ਨੇ ਇਹਨਾਂ ਨੂੰ। ਜਿਨ੍ਹਾਂ ਦਾ ਰਹਿਲ ਗੋਤ ਹੈ ਉਹ ਜ਼ਿਆਦਾ ਮੋਸਟਲੀ ਉਹੀ ਆਉਂਦੇ ਨੇ, ਬਾਕੀ ਜਿਨ੍ਹਾਂ ਦੀ ਸ਼ਰਧਾ ਉਹ ਵੀ ਲੋਕ ਆਉਂਦੇ ਨੇ। ਤੇ ਅੱਜ ਮੈਂ ਵੀ ਚੱਲੇ ਹਾਂ ਰਾਣੀ ਧੀ ਦੇ ਮੇਲੇ। ਚਲੋ ਆਪਾਂ ਦੇਖਾਂਗੇ ਰਾਣੀ ਧੀ ਮੇਲੇ ਦਾ ਵਲੋਗ, ਤੇ ਐਂਡ ਤੱਕ ਦੇਖੋ ਵਲੋਗ ਨੂੰ, ਪੂਰੇ ਬਣੇ ਰਹੋ। ਚਲੋ ਦੇਖਦੇ ਹਾਂ ਆਪਾਂ ਰਾਣੀ ਧੀ ਦਾ ਮੇਲਾ, ਤੇ ਚਲੋ ਚੱਲਦੇ ਹਾਂ। We could be legend. I have nothing to lose. Nothing can stop me. I'm all the way up. Wake up. I know what's real. Escape reality. Hardwired. वेलकम टू यू ऑन माय बुलेट मोटो व्लॉग। दोस्तों चलते हैं आप श्री रानी धी जी मेले। जा रहे हैं नाभा रोड मलोह तो। बहुत ही वधिया मौसम है दोस्तों, आज धुप भी निकली हुई है, ठंडी ठंडी हवा भी चल रही है। दोस्तों हुण मैं पिंड भद्दल थूआ क्रॉस करके नाभा रोड मलोह ते जा रहा हैं। ते दोस्तों हुण तुसी देख रहे हो मैं पिंड नूरपुरा क्रॉस कर रहा हैं। काफी लोग दोस्तों जा रहे ने मेले विच। दोस्तों हुण तुसी देख रहे हो पिंड कालगढ़ दा टोल टैक्स क्रॉस कर रहे हैं मैं। फ्रेंड्स हुण मैं चहल पहुंचने वाला है, शरीर गुरुद्वारा साहिब है मेरे राइट हैंड साइड। चहल दे पेट्रोल पंप तो पेट्रोल पवाना है दोस्तों मैं बुलेट विच। मैं हुण मुड़न लग्या पेट्रोल पंप तरफ। दोस्तों हुण मैं पेट्रोल पवा लिया है, हुण मैं मेले तरफ वधन लग्या है। सड़क तो अंदर वालों मुड़ांगा पिंडा तरफ नूं श्री रानी धी मेले लई।
ਹਾਂਜੀ ਫਰੈਂਡ, ਹੁਣ ਮੈਂ ਪਿੰਡ ਰੈਸਲ ਪਹੁੰਚ ਗਿਆ ਤੇ ਹੁਣ ਮੈਂ ਸ਼੍ਰੀ ਰਾਣੀ ਦੀ ਦੇ ਮੇਲੇ ਨੂੰ ਮੁੜਾਂਗਾ ਲੈਫਟ ਹੈਂਡ ਸਾਈਡ ਨੂੰ, ਜੋ ਇਹ ਸਿੱਧਾ ਰਾਹ ਤੁਸੀਂ ਦੇਖ ਰਹੇ ਹੋ, ਮੈਂ ਜਾ ਰਿਹਾ ਜਿਸ ਤੇ ਸਿੱਧਾ ਰਾਣੀ ਦੀ ਦੇ ਮੇਲੇ ਤਰਫ ਜਾਂਦਾ ਹੈ। ਪਿੰਡ ਰੈਸਲ ਨੂੰ ਪੈਂਦਾ ਜ਼ਿਲ੍ਹਾ ਪਟਿਆਲਾ। ਦੋਸਤੋ ਤੁਸੀਂ ਦੇਖ ਰਹੇ ਹੋ ਭੀੜ ਵੱਧਦੀ ਜਾ ਰਹੀ ਹੈ ਮੇਲੇ ਵਿੱਚ, ਕਾਫੀ ਲੋਕ ਨੇ ਇੱਥੇ। ਤੇ ਦੋਸਤੋ ਆਪਣੀ ਆਪਣੀ ਸ਼ਰਧਾ ਹੈ, ਤੇ ਮੇਰਾ ਵੀ ਪਲਾਨ ਬਣਿਆ ਸੀ ਮੈਂ ਰਾਣੀ ਜੀ ਦੇ ਮੇਲੇ 'ਤੇ ਜਾਵਾਂ। ਸਵਾਗਤ ਹੈ ਤੁਹਾਡਾ ਸ਼੍ਰੀ ਰਾਣੀ ਜੀ ਦੇ ਮੇਲੇ ਵਿੱਚ। ਚਲੋ ਆਪਾਂ ਦੇਖਦੇ ਹਾਂ ਮੇਲੇ ਦਾ ਵਿਊ, ਤੇ ਹੁਣ ਮੈਂ ਮੰਦਿਰ ਤਰਫ ਵੱਧ ਰਿਹਾ, ਤੁਹਾਨੂੰ ਮੈਂ ਮੰਦਿਰ ਦਾ ਕੁਝ ਵਿਊ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਕਾਫੀ ਭੀੜ ਹੈ ਮੇਲੇ ਵਿੱਚ। ਦੋਸਤੋ ਜੋ ਹੁਣ ਤੁਸੀਂ ਆਪਣੀ ਮੇਨ ਸਕਰੀਨ 'ਤੇ ਦੇਖਦੇ ਹੋ, ਤੁਹਾਨੂੰ ਮੈਂ ਵਿਊ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੀ ਰਾਣੀ ਜੀ ਦਾ ਮੰਦਿਰ ਹੈ ਜੋ ਮੇਨ ਹੈ, ਕਾਫੀ ਭੀੜ ਹੈ ਦੋਸਤੋ ਇੱਥੇ, ਲੋਕਾਂ 'ਚ ਕਾਫੀ ਸ਼ਰਧਾ ਹੈ, ਇੱਥੇ ਮੱਥਾ ਟੇਕਣ ਆਉਂਦੇ ਨੇ ਹਰ ਸਾਲ। ਦੋਸਤੋ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਕੁਝ ਮੰਦਿਰ ਦਾ ਵਿਊ ਦਿਖਾ ਦੇਵਾਂ। ਤੇ ਦੋਸਤੋ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਮੰਦਿਰ ਦਾ ਕੁਝ ਵਲੌਗ ਦੇ ਦੇਵਾਂ, ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਵਲੌਗ। ਦੋਸਤੋ ਚਲੋ ਚੱਲਦੇ ਹਾਂ ਮੇਲੇ ਵਿੱਚ, ਤੁਹਾਨੂੰ ਮੈਂ ਕੁਝ ਵਿਊ ਦਿਖਾਵਾਂਗਾ ਮੇਲੇ ਦਾ, ਕਿੰਨੀ ਕੁ ਭੀੜ ਹੈ ਇੱਥੇ, ਕਿਹੜੇ ਕਿਹੜੇ ਝੂਲੇ ਲੱਗੇ ਹੋਏ ਨੇ।
ਦੋਸਤੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਲਾ। ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇੱਕ ਮੇਲੇ ਦਾ ਪੂਰਾ ਵਲੌਗ ਦੇ ਦੇਵਾਂ। ਸ਼੍ਰੀ ਰਾਣੀ ਧੀ ਜੀ ਦਾ ਮੇਲਾ ਦੋਸਤੋ, ਪ੍ਰਸਿੱਧ ਮੇਲਾ ਸਾਡੇ ਏਰੀਏ ਵਿੱਚ, ਪਿੰਡ ਰੈਸਲ ਵਿੱਚ ਲੱਗਦਾ ਹੈ ਅਤੇ ਜ਼ਿਲ੍ਹਾ ਪੈਂਦਾ ਪਟਿਆਲਾ। ਅਤੇ ਚਲੋ ਦੋਸਤੋ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਮੇਲਾ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਵਲੌਗ। ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇੱਕ ਪੂਰਾ ਮੇਲੇ ਦਾ ਵਿਊ ਦੇ ਦੇਵਾਂ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ। ਅਤੇ ਆਉਣ ਵਾਲੇ ਟਾਈਮ 'ਚ ਤੁਹਾਡੇ ਲਈ ਮੈਂ ਨਵੇਂ ਵੀਡੀਓਜ਼ ਲੈ ਕੇ ਆਉਂਦਾ ਰਹਾਂਗਾ। ਅਤੇ ਮੇਰੇ ਚੈਨਲ 'ਤੇ ਅਗਰ ਨਵੇਂ ਹੋ ਤੁਸੀਂ ਸਬਸਕ੍ਰਾਈਬ ਕਰ ਲਿਓ, ਅਗਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਲਿਓ। ਅਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਬਾਏ, ਥੈਂਕ ਯੂ ਫੋਰ ਵਾਚਿੰਗ। ਸਾਰੇ ਦਾ ਸਾਰਾ ਸਾਡੇ